ਮੁਲਤਾਨ ਫੇਰੀ। ਅਚਲ ਤੋਂ ਆ ਕੇ ਹਜ਼ੂਰ ਮੁਲਤਾਨ ਜਾ ਪਹੁੰਚੇ। ਮੁਲਤਾਨ ਉਸ ਵੇਲੇ ਮੁਸਲਮਾਨ ਫਕੀਰਾਂ ਦਾ ਗੜ੍ਹ ਸੀ। ਗੁਰਦੇਵ ਸ਼ਹਿਰ ਦੇ ਬਾਹਰ ਇੱਕ ਖੁੱਲੀ ਥਾਂ ਤੇ ਜਾ ਬੈਠੇ। ਮੁਲਤਾਨ ਦੇ ਪੀਰਾਂ ਨੂੰ ਫਿਕਰ ਪੈ ਗਿਆ ਕਿ ਕਿਤੇ ਗੁਰੂ ਜੀ ਇੱਥੇ ਹੀ ਪੱਕਾ ਡੇਰਾ ਨਾ ਲਾ ਲੈਣ। ਉਹਨਾਂ ਦੁੱਧ ਦਾ ਕਟੋਰਾ ਭਰ ਕੇ ਹਜ਼ੂਰ ਦੇ ਪੇਸ਼ ਕੀਤਾ। ਮਹਾਰਾਜ ਨੇ ਉਹਨਾਂ ਦੀ ਬੁਝਾਰਤ ਬੁੱਝ ਕੇ ਦੁੱਧ ਦੇ ਉੱਪਰ ਚਮੇਲੀ ਦਾ ਫੁੱਲ ਰੱਖ ਦਿੱਤਾ। ਭਾਵ ਬੜਾ ਸਾਫ਼ ਸੀ। ਹਜ਼ੂਰ ਨੇ ਇਸ਼ਾਰਾ ਦਿੱਤਾ ਕਿ ਅਸੀਂ ਤੁਹਾਡੇ ਵਿੱਚ ਕੁਝ ਦਿਨ ਇਸ ਤਰ੍ਹਾਂ ਰਹਾਂਗੇ ਜਿਵੇਂ ਦੁੱਧ ਉੱਤੇ ਇਹ ਫੁੱਲ ਤਰ ਰਿਹਾ ਹੈ। ਇਸ ਉੱਤਰ ਤੋਂ ਫਕੀਰ ਬੜੇ ਖੁਸ਼ ਹੋਏ। ਸਭ ਫਕੀਰ ਗੁਰਦੇਵ ਦੇ ਦਰਸ਼ਨਾਂ ਹਿੱਤ ਆਏ ਤੇ ਗੁਰੂ ਜੀ ਦੀ ਬਾਣੀ ਸੁਣ ਕੇ ਪ੍ਰਸੰਨ ਹੋਏ। ਪਾਕ ਪਟਨ ਮੁਲਤਾਨ ਤੋਂ ਉੱਠ ਕੇ ਗੁਰਦੇਵ ਸ਼ਾਹ ਸੁਹਾਗਣ ਨਾਮੀ ਫਕੀਰ ਕੋਲ ਗਏ। ਉੱਥੋਂ ਚੱਲ ਕੇ ਮਹਾਰਾਜ ਪਾਕ ਪਟਨ ਬਾਬਾ ਫਰੀਦ ਦੇ ਅਸਥਾਨ ਉੱਤੇ ਅਪੜੇ। ਇੱਥੇ ਪ੍ਰਸਿੱਧ ਸੂਫੀ ਫਕੀਰ ਬਾਬਾ ਫਰੀਦ ਦੀਨ ਮਸਊਦ ਸ਼ੱਕਰਗੰਜ ਦੀ ਗੱਦੀ ਸੀ। ਆਮ ਕਰਕੇ ਇਹਨਾਂ ਨੂੰ ਬਾਬਾ ਫਰੀਦ ਕਹਿ ਕੇ ਹੀ ਯਾਦ ਕੀਤਾ ਜਾਂਦਾ ਹੈ। ਇਹਨਾਂ ਦੀ ਕੁਝ ਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਬਾਬਾ ਫਰੀਦ ਜੀ ਇਸਲਾਮ ਦੇ ਦੂਸਰੇ ਖਲੀਫਾ ਹਜ਼ਰਤ ਉਮਰ ਦੀ ਔਲਾਦ ਵਿੱਚੋਂ ਸਨ, ਜਿਸ ਨਾਲ ਗੁਰੂ ਜੀ ਦੀ ਮੁਲਾਕਾਤ ਹੋਈ। ਉਹ ਫਰੀਦ ਸਾਨੀ ਅਖਵਾਉਂਦਾ ਸੀ। ਉਸਦਾ ਪੂਰਾ ਨਾਮ ਸ਼ੇਖ ਬ੍ਰਹਮ ਇਬਰਾਹੀਮ ਸੀ। ਫਰੀਦ ਜੀ ਦੇ ਬਾਅਦ ਉਹ ਦਸਵਾਂ ਗੱਦੀ ਨਸ਼ੀਨ ਸੀ। ਸ਼ੇਖ ਬ੍ਰਹਮ ਬੜੇ ਸਤਿਕਾਰ ਨਾਲ ਗੁਰਦੇਵ ਨੂੰ ਮਿਲਿਆ। ਮਹਾਰਾਜ ਕਈ ਦਿਨ ਉਸ ਪਾਸ ਠਹਿਰੇ। ਉਥੋਂ ਚੱਲ ਕੇ ਹਜ਼ੂਰ ਫਿਰ ਕਰਤਾਰਪੁਰ ਆ ਬਿਰਾਜੇ। ਲਹਿਣਾ ਜੀ ਦਾ ਮੇਲ 1599 ਬਿਕਰਮੀ ਵਿੱਚ ਭਾਈ ਲਹਿਣਾ ਜੀ ਦਾ ਮੇਲ ਬੜੇ ਅਨੋਖੇ ਢੰਗ ਨਾਲ ਹੋਇਆ। ਭਾਈ ਲਹਿਣਾ ਜੀ ਦੇਵੀ ਦੇ ਭਗਤ ਸਨ। ਉਹਨਾਂ ਦੇ ਗਵਾਂਢ ਹੀ ਖਡੂਰ ਸਾਹਿਬ ਵਿੱਚ ਇੱਕ ਗੁਰੂ ਕਾ ਸਿੱਖ ਭਾਈ ਜੋਧਾ ਰਹਿੰਦਾ ਸੀ। ਉਹ ਅੰਮ੍ਰਿਤ ਵੇਲੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਿਆ ਕਰਦਾ ਸੀ। ਸੁਣ ਕੇ ਲਹਿਣਾ ਜੀ ਦੇ ਦਿਲ ਤੇ ਬਹੁਤ ਅਸਰ ਹੋਇਆ। ਭਾਈ ਜੋਧਾ ਕੋਲੋਂ ਗੁਰਦੇਵ ਦੀ ਸੋਭਾ ਸੁਣ ਕੇ ਉਹਨਾਂ ਮਨ ਬਣਾਇਆ ਕਿ ਉਹ ਕਿਸੇ ਸਮੇਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਜ਼ਰੂਰ ਕਰਨਗੇ। ਲਹਿਣਾ ਜੀ ਹਰ ਸਾਲ ਦੇਵੀ ਭਗਤਾਂ ਦੇ ਸੰਗ ਦੇ ਆਗੂ ਬਣ ਕੇ ਪਹਾੜਾਂ ਵਿੱਚ ਦੇਵੀ ਪੂਜਣ ਜਾਇਆ ਕਰਦੇ ਸਨ। ਸੰਗ ਨੇ ਇੱਕ ਦਿਨ ਕਰਤਾਰਪੁਰ ਤੋਂ ਥੋੜੀ ਦੂਰ ਪੜਾਅ ਕੀਤਾ। ਸਾਥੀਆਂ ਨੂੰ ਉੱਥੇ ਛੱਡ ਕੇ ਲਹਿਣਾ ਜੀ ਘੋੜੀ ਤੇ ਚੜ੍ਹ ਕੇ ਕਰਤਾਰਪੁਰ ਨੂੰ ਤੁਰ ਪਏ। ਪਿੰਡ ਦੇ ਨੇੜੇ ਪੁੱਜੇ ਤਾਂ ਉਹਨਾਂ ਖੇਤਾਂ ਵਿੱਚ ਇੱਕ ਬਜ਼ੁਰਗ ਨੂੰ ਵੇਖ ਕੇ ਗੁਰਦੇਵ ਜੀ ਦਾ ਪਤਾ ਪੁੱਛਿਆ। ਆਓ ਮੇਰੇ ਮਗਰ ਤੁਰੇ ਆਓ ਕਹਿ ਕੇ ਉਹ ਬਜ਼ੁਰਗ ਅੱਗੇ ਲੱਗ ਕੇ ਤੁਰ ਪਏ। ਧਰਮਸਾਲ ਦੇ ਬੂਹੇ ਅੱਗੇ ਪਹੁੰਚ ਕੇ ਉਸ ਬਜ਼ੁਰਗ ਨੇ ਹੱਥ ਦੇ ਇਸ਼ਾਰੇ ਨਾਲ ਸਮਝਾਇਆ, ਖੁਰਲੀ ਉੱਤੇ ਘੋੜੀ ਬੰਨ ਦਿਓ ਤੇ ਉਸ ਖੂਹ ਤੋਂ ਹੱਥ ਮੂੰਹ ਧੋ ਲਵੋ, ਫਿਰ ਧਰਮਸਾਲ ਦੇ ਅੰਦਰ ਆ ਜਾਣਾ, ਤੁਹਾਡਾ ਗੁਰੂ ਤੁਹਾਨੂੰ ਮਿਲ ਪਵੇਗਾ। ਲਹਿਣਾ ਜੀ ਘੋੜੀ ਬੰਨ ਕੇ ਹੱਥ ਮੂੰਹ ਧੋ ਕੇ ਅੰਦਰ ਗਏ ਤਾਂ ਵੇਖ ਕੇ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਉਹਾ ਘੋੜੀ ਅੱਗੇ ਲੱਗ ਕੇ ਆਉਣ ਵਾਲੇ ਬਜ਼ੁਰਗ ਸਾਹਮਣੇ ਸਿੰਘਾਸਣ ਤੇ ਬੈਠੇ ਸਨ। ਲਹਿਣਾ ਜੀ ਦੌੜ ਕੇ ਗੁਰਦੇਵ ਦੇ ਚਰਨਾਂ ਤੇ ਢਹਿ ਪਏ। ਉਹਨਾਂ ਹੱਥ ਬੰਨ ਕੇ ਕਿਹਾ, ਗੁਰਦੇਵ ਅਵੱਗਿਆ ਹੋ ਗਈ, ਮੈਂ ਹਜ਼ੂਰ ਦੇ ਨਾਲ ਨਾਲ ਘੋੜੀ ਤੇ ਚੜਿਆ ਆਇਆ ਹਾਂ, ਭੁੱਲ ਮਾਫ ਕਰ ਦਿਓ। ਪੁਰਖਾ, ਗੁਰਦੇਵ ਨੇ ਇਸ਼ਾਰੇ ਨਾਲ ਧੀਰਜ ਦਿੰਦਿਆਂ ਕਿਹਾ, ਸਤਨਾਮ ਜਪੋ, ਭਲੇ ਸਮੇਂ ਆਏ ਹੋ, ਤੁਹਾਡਾ ਨਾਮ ਕੀ ਹੈ? ਹਜ਼ੂਰ ਮੇਰਾ ਨਾਮ ਲਹਿਣਾ ਹੈ। ਲਹਿਣਾ ਜੀ ਨੇ ਸਿਰ ਝੁਕਾ ਕੇ ਕਿਹਾ,
ਫਿਰ ਅਵੱਗਿਆ ਕੇ ਹੀ ਲਹਿਣੇਦਾਰ ਸਦਾ ਘੋੜਿਆਂ ਤੇ ਚੜ੍ਹ ਕੇ ਹੀ ਆਇਆ ਕਰਦੇ ਹਨ। ਗੁਰਦੇਵ ਨੇ ਹੱਸ ਕੇ ਕਿਹਾ, ਬੈਠੋ, ਤੁਹਾਡਾ ਲਹਿਣਾ ਇੱਥੋਂ ਹੀ ਮਿਲੇਗਾ। ਲਹਿਣਾ ਜੀ ਨੇ ਵੀ ਸੋਚਿਆ, ਜਿਸ ਰੂਹਾਨੀ ਸ਼ਾਂਤੀ ਦੀ ਭਾਲ ਵਿੱਚ ਮੈਂ ਭਟਕ ਰਿਹਾ ਹਾਂ ਉਹ ਇੱਥੋਂ ਹੀ ਪ੍ਰਾਪਤ ਹੋਵੇਗੀ। ਅਗਲੇ ਦਿਨ ਉਹ ਸਾਥੀਆਂ ਨੂੰ ਵਿਦਿਆ ਕਰਕੇ ਫਿਰ ਗੁਰਦੇਵ ਦੇ ਚਰਨਾਂ ਵਿੱਚ ਆ ਗਏ। ਜਿਸ ਸ਼ਰਧਾ ਨਾਲ ਲਹਿਣਾ ਜੀ ਗੁਰਦੇਵ ਦੀ ਸੇਵਾ ਵਿੱਚ ਜੁਟ ਗਏ, ਉਸ ਦੀ ਮਿਸਾਲ ਮਿਲਣੀ ਔਖੀ ਹੈ। ਗੁਰਦੇਵ ਦੇ ਹੁਕਮ ਨਾਲ ਲਹਿਣਾ ਜੀ ਵਾਪਸ ਘਰ ਜਾਂਦੇ, ਪਰ ਸੱਚੇ ਪ੍ਰੇਮ ਦੇ ਖਿੱਚੇ ਛੇਤੀ ਹੀ ਫੇਰ ਪਰਤ ਆਉਂਦੇ। ਭਾਈ ਮਰਦਾਨਾ ਜੀ ਸਵਰਗਵਾਸ। ਮਰਦਾਨਾ ਜੀ ਸਰੀਰੋਂ ਕਾਫੀ ਕਮਜ਼ੋਰ ਹੋ ਗਿਆ ਸੀ। ਉਹਦੀ ਉਮਰ 75 ਸਾਲ ਦੀ ਹੋ ਗਈ ਸੀ। ਆਪਣਾ ਅੰਤ ਨੇੜੇ ਆਇਆ ਵੇਖ ਕੇ ਉਸਨੇ ਗੁਰਦੇਵ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ, ਮੈਂ ਆਪ ਜੀ ਦਾ ਸਿੱਖ ਹਾਂ, ਚੰਗਾ ਹਾਂ, ਮਾੜਾ ਹਾਂ, ਹਾਂ ਆਪ ਜੀ ਦਾ ਹੀ। ਮੇਰੀ ਅੰਤਮ ਇੱਛਾ ਹੈ ਕਿ ਮੇਰਾ ਸਰੀਰ ਦਫਨਾਉਣਾ ਨਹੀਂ, ਹਜ਼ੂਰ ਨੇ ਆਪਣੇ ਹੱਥੀਂ ਦਾਹ ਸੰਸਕਾਰ ਕਰਨਾ ਤੇ ਫੁੱਲ ਰਾਵੀ ਵਿੱਚ ਪ੍ਰਵਾਹ ਦੇਣੇ। ਨਿਰੰਕਾਰ ਦੀ ਰਜਾ, ਤੇਰਾ ਮੱਘਰ 1591 ਬਿਕਰਮੀ ਨੂੰ ਭਾਈ ਮਰਦਾਨਾ ਸਰੀਰ ਤਿਆਗ ਗਿਆ। ਉਹਦੀ ਇੱਛਾ ਅਨੁਸਾਰ ਗੁਰੂ ਜੀ ਨੇ ਆਪਣੇ ਹੱਥੀਂ ਉਸਦਾ ਸੰਸਕਾਰ ਕੀਤਾ ਤੇ ਫੁੱਲ ਰਾਵੀ ਵਿੱਚ ਪ੍ਰਵਾਹ ਦਿੱਤੇ। ਉਸਦੀ ਥਾਂ ਉਸਦੇ ਪੁੱਤਰ ਸ਼ਾਹਜਾਦਾ ਨੇ ਰਬਾਬ ਦੀ ਸੇਵਾ ਸੰਭਾਲ ਲਈ। ਜਿਸ ਮਹਾਨ ਕਾਰਜ ਵਾਸਤੇ ਗੁਰੂ ਨਾਨਕ ਦੇਵ ਜੀ ਸੰਸਾਰ ਵਿੱਚ ਆਏ ਸਨ ਉਹ ਇੱਕ ਜੀਵਨ ਵਿੱਚ ਪੂਰਾ ਹੋਣਾ ਅਸੰਭਵ ਸੀ। ਜਿੰਨਾ ਵੱਡਾ ਕੋਈ ਕਾਰਜ ਹੋਵੇ ਉਨਾ ਲੰਮਾ ਸਮਾਂ ਵੀ ਉਸ ਵਾਸਤੇ ਲਾਜ਼ਮੀ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜ਼ਮੀਨ ਤਿਆਰ ਕਰ ਦਿੱਤੀ ਸੀ ਜਿਸ ਵਿੱਚ ਉਹ ਧਰਮ ਪ੍ਰਵਾਨ ਚੜ੍ਹ ਸਕਦਾ ਸੀ, ਜੋ ਹਰ ਪੱਖ ਤੋਂ ਪੂਰਨ ਤੇ ਨਵੇਂ ਇਨਸਾਨ ਦੀਆਂ ਲੋੜਾਂ ਮੁਤਾਬਕ ਹੋਵੇ ਤੇ ਜਿਸ ਧਰਮ ਦੀ ਪਾਲਣਾ ਕਰਦਾ ਹੋਇਆ ਇਨਸਾਨ ਸੱਚਾ ਤੇ ਪੂਰਨ ਇਨਸਾਨ ਅਖਵਾਉਣ ਦਾ ਮਾਣ ਪ੍ਰਾਪਤ ਕਰ ਸਕੇ। ਗੱਦੀ ਦੇ ਮਾਲਕ ਦੀ ਚੋਣ, ਇਸ ਧਰਮ ਨੂੰ ਪ੍ਰਵਾਨ ਚੜ੍ਹਾਉਣ ਵਾਸਤੇ ਗੁਰੂ ਜੀ ਨੂੰ ਯੋਗ ਉੱਤਰ ਅਧਿਕਾਰੀ ਦੀ ਲੋੜ ਸੀ। ਸਮਾਂ ਵਿਚਾਰ ਕੇ ਗੁਰਦੇਵ ਨੇ ਚੋਣ ਦਾ ਕੰਮ ਆਰੰਭ ਕਰ ਦਿੱਤਾ। ਗੱਦੀ ਨਸ਼ੀਨ ਦੀ ਚੋਣ ਨਾਲ ਸੰਬੰਧਿਤ ਸਿੱਖ ਇਤਿਹਾਸ ਵਿੱਚ ਕਈ ਸਾਖੀਆਂ ਲਿਖੀਆਂ ਮਿਲਦੀਆਂ ਹਨ। ਇੱਕ ਰਾਤ ਗੁਰੂ ਜੀ ਨੇ ਵੱਡੇ ਸਾਹਿਬਜ਼ਾਦੇ ਨੂੰ ਆਵਾਜ਼ ਦੇ ਕੇ ਕਿਹਾ, ਲਾਲ ਸ੍ਰੀ ਚੰਦ, ਜਰਾ ਬਾਹਰ ਉੱਠ ਕੇ ਵੇਖਿਓ ਖਾਂ, ਰਾਤ ਕਿੰਨੀ ਕੁ ਬੀਤੀ ਹੈ। ਸ੍ਰੀ ਚੰਦ ਨੇ ਸੋਚਿਆ, ਇੰਨੇ ਸੇਵਕ ਕੋਲ ਹੁੰਦਿਆਂ ਮੈਂ ਆਪ ਉੱਠ ਕੇ ਇੰਨੀ ਮਾਮੂਲੀ ਕੰਮ ਵਾਸਤੇ ਜਾਵਾਂ? ਗੁਰੂ ਮਹਾਰਾਜ ਇੰਨਾ ਵੀ ਨਹੀਂ ਸੋਚਦੇ ਕਿ ਮੈਂ ਉਹਨਾਂ ਦਾ ਵੱਡਾ ਸਾਹਿਬਜ਼ਾਦਾ ਹਾਂ ਤੇ ਉਹਨਾਂ ਪਿੱਛੋਂ ਮੈਂ ਸਿੱਖਾਂ ਦਾ ਗੁਰੂ ਬਣਨਾ ਹੈ। ਮਨ ਵਿੱਚ ਪਹਿਲਾਂ ਤੋਂ ਸਮਾਈ ਹੋਈ ਇਸ ਧਾਰਨਾ ਨੇ ਸ੍ਰੀ ਚੰਦ ਜੀ ਨੂੰ ਉਹਨਾਂ ਗੁਣਾਂ ਦੇ ਮਾਲਕ ਨਾ ਬਣਨ ਦਿੱਤਾ ਜਿਨ੍ਹਾਂ ਗੁਣਾਂ ਦਾ ਭੰਡਾਰ ਇਸ ਗੱਦੀ ਦੇ ਮਾਲਕ ਨੂੰ ਹੋਣਾ ਚਾਹੀਦਾ ਸੀ। ਸ੍ਰੀ ਚੰਦ ਨੇ ਅਗਾਂਹ ਇੱਕ ਹੋਰ ਸਿੱਖ ਨੂੰ ਹੁਕਮ ਕਰ ਦਿੱਤਾ। ਉਹਨੇ ਵਾਪਸ ਆ ਕੇ ਕਿਹਾ, ਮਹਾਰਾਜ, ਅੱਧੀ ਕੁ ਰਾਤ ਬੀਤੀ ਹੈ। ਗੁਰਦੇਵ ਦੀ ਤਸੱਲੀ ਨਾ ਹੋਈ, ਹਜ਼ੂਰ ਨੇ ਇੱਕ ਹੋਰ ਸਿੱਖ ਨੂੰ ਭੇਜਿਆ। ਉਸ ਦੇ ਬਾਅਦ ਮਹਾਰਾਜ ਨੇ ਇੱਕ ਹੋਰ ਨੂੰ ਭੇਜਿਆ। ਹਰ ਇੱਕ ਨੇ ਆ ਕੇ ਵੱਖ ਵੱਖ ਸਮਾਂ ਦੱਸਿਆ। ਅੰਤ ਮਹਾਰਾਜ ਨੇ ਲਹਿਣਾ ਜੀ ਨੂੰ ਹੁਕਮ ਕੀਤਾ। ਲਹਿਣਾ ਜੀ ਨੇ ਬਾਹਰੋਂ ਆ ਕੇ ਕਿਹਾ, ਗੁਰਦੇਵ, ਜਿੰਨੀ ਆਪ ਜੀ ਨੇ ਬਿਤਾਈ ਹੈ ਓਨੀ ਬੀਤ ਗਈ ਹੈ, ਬਾਕੀ ਆਪ ਜੀ ਦੀ ਰਜਾ ਵਿੱਚ ਬਾਕੀ ਹੈ। ਇੱਕ ਦਿਨ ਕੁਝ ਸਿੱਖ ਝੋਨੇ ਵਿੱਚੋਂ ਨਦੀਨ ਕੱਢ ਰਹੇ ਸਨ। ਹਜ਼ੂਰ ਨੇ ਹੁਕਮ ਦਿੱਤਾ ਕਿ ਝੋਨੇ ਵਿੱਚੋਂ ਕੱਢਿਆ ਘਾਹ ਪੰਡ ਬੰਨ ਕੇ ਪਸ਼ੂਆਂ ਵਾਸਤੇ
ਘਰ ਲੈ ਜਾਣਾ ਚਾਹੀਦਾ ਹੈ। ਗੁਰਦੇਵ ਨੇ ਸ੍ਰੀ ਚੰਦ ਨੂੰ ਪੰਡ ਚੁੱਕਣ ਵਾਸਤੇ ਕਿਹਾ ਪਰ ਉਸਨੇ ਅੱਗੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਫਿਰ ਲਹਿਣਾ ਜੀ ਨੂੰ ਕਿਹਾ। ਲਹਿਣਾ ਜੀ ਨੇ ਆਪਣੀ ਸੁੰਦਰ ਵਸਤਰਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਘਾਹ ਦੀ ਪੰਡ ਸਿਰ ਤੇ ਚੁੱਕ ਲਈ। ਰਾਤ ਅੱਧੀ ਬੀਤੀ ਸੀ। ਗੁਰੂ ਜੀ ਨੇ ਸ੍ਰੀ ਚੰਦ ਨੂੰ ਕੱਪੜੇ ਧੋ ਕੇ ਲਿਆਉਣ ਵਾਸਤੇ ਕਿਹਾ। ਸ੍ਰੀ ਚੰਦ ਨੇ ਅੱਗੋਂ ਉੱਤਰ ਦਿੱਤਾ ਮਹਾਰਾਜ ਦਿਨ ਚੜ੍ਹੇ ਕਿਸੇ ਸੇਵਕ ਕੋਲੋਂ ਧੁਆ ਦਿਆਂਗੇ। ਲਹਿਣਾ ਜੀ ਨੂੰ ਹੁਕਮ ਹੋਇਆ ਤਾਂ ਉਹ ਉਸੇ ਵੇਲੇ ਕੱਪੜੇ ਧੋਣ ਤੁਰ ਪਏ। ਸਿਆਲ ਦੀ ਰਾਤ ਮੀਂਹ ਵਰ ਰਿਹਾ ਸੀ। ਮਕਾਨ ਦੀ ਇੱਕ ਕੰਧ ਡਿੱਗ ਪਈ। ਗੁਰਦੇਵ ਨੇ ਹੁਕਮ ਦਿੱਤਾ ਸ੍ਰੀ ਚੰਦ ਬਰਖੁਰਦਾਰ ਇਹ ਕੰਧ ਹੁਣੇ ਬਣਾ ਦਿਓ। ਮਹਾਰਾਜ ਇਹ ਕੰਮ ਨੌਕਰਾਂ ਦਾ ਹੈ ਤੁਹਾਡੇ ਸਾਹਿਬਜ਼ਾਦੇ ਦਾ ਨਹੀਂ। ਦਿਨ ਚੜ੍ਹੇ ਸੇਵਕਾਂ ਨੂੰ ਹੁਕਮ ਦੇ ਕੇ ਕਰਾ ਦਿਆਂਗੇ। ਲਹਿਣਾ ਜੀ ਨੂੰ ਹੁਕਮ ਹੋਇਆ ਤਾਂ ਉਹ ਉਸੇ ਵੇਲੇ ਉੱਠ ਕੇ ਕੰਧ ਬਣਾਉਣ ਲੱਗ ਪਏ। ਸੂਰਜ ਚੜ੍ਹਨ ਤੱਕ ਉਹਨਾਂ ਇਕੱਲਿਆਂ ਕੰਧ ਬਣਾ ਲਈ। ਗੁਰਦੇਵ ਨੇ ਵੇਖ ਕੇ ਕਿਹਾ ਲਹਿਣਾ ਜੀ ਕੰਧ ਠੀਕ ਨਹੀਂ ਬਣੀ, ਇਹਨੂੰ ਢਾ ਕੇ ਫਿਰ ਬਣਾਓ। ਲਹਿਣਾ ਜੀ ਸਤ ਬਚਨ ਕਹਿ ਕੇ ਫਿਰ ਲੱਗ ਪਏ। ਉਹਨਾਂ ਕੰਧ ਢਾ ਕੇ ਫਿਰ ਬਣਾਉਣੀ ਸ਼ੁਰੂ ਕਰ ਦਿੱਤੀ। ਸਿੱਖ ਇਤਿਹਾਸ ਵਿੱਚ ਇਹੋ ਜਿਹੀਆਂ ਕਈ ਸਾਖੀਆਂ ਲਿਖੀਆਂ ਹਨ। ਸ੍ਰੀ ਚੰਦ ਜੀ ਇਸੇ ਮਾਣ ਵਿੱਚ ਹੁਕਮ ਮੰਨਣ ਤੋਂ ਨਾ ਕਰ ਦਿੰਦੇ ਰਹੇ ਕਿ ਉਹ ਗੁਰਦੇਵ ਦੇ ਵੱਡੇ ਸਾਹਿਬਜ਼ਾਦੇ ਹਨ ਤੇ ਗੱਦੀ ਉਹਨਾਂ ਦਾ ਜਮਾਂਦਰੂ ਹੱਕ ਹੈ। ਪਰ ਲਹਿਣਾ ਜੀ ਸੱਚੇ ਸੇਵਕ ਸਨ। ਉਹ ਹਰ ਹੁਕਮ ਅੱਗੇ ਸਿਰ ਝੁਕਾ ਦਿੰਦੇ ਰਹੇ। ਸਭ ਤੋਂ ਆਖਰੀ ਪ੍ਰੀਖਿਆ ਦਾ ਸਮਾਂ ਆ ਗਿਆ। ਗੁਰਦੇਵ ਨੇ ਬੜਾ ਅਨੋਖਾ ਸਾਂਗ ਵਰਤਾਇਆ। ਮਹਾਰਾਜ ਨੇ ਸਿਰ ਉੱਤੇ ਰੱਸੇ ਵਲੇਟ ਲਏ, ਇੱਕ ਹੱਥ ਵਿੱਚ ਛੁਰਾ ਫੜ ਲਿਆ ਤੇ ਕੁਝ ਕੁੱਤੇ ਮਗਰ ਲਾ ਕੇ ਜੰਗਲ ਵੱਲ ਤੁਰ ਪਏ। ਕੁਝ ਸਿੱਖ ਰਲ ਕੇ ਗੁਰਦੇਵ ਨੂੰ ਮੋੜਨ ਦੇ ਇਰਾਦੇ ਨਾਲ ਮਗਰ ਗਏ। ਗੁਰਦੇਵ ਅੱਗੋਂ ਸਭ ਨੂੰ ਛੁਰਾ ਲੈ ਕੇ ਪਏ। ਦੋ ਤਿੰਨ ਵਾਰ ਅਜਿਹਾ ਹੋਣ ਨਾਲ ਇੱਕ ਲਹਿਣਾ ਜੀ ਤੋਂ ਬਿਨਾਂ ਸਾਰੇ ਸਿੱਖ ਪਛਾਂ ਪਰਤ ਗਏ। ਕੁਝ ਸਿੱਖ ਤਾਂ ਇਹ ਵੀ ਆਖਣ ਲੱਗ ਪਏ ਕਿ ਉਮਰ ਵਡੇਰੀ ਹੋ ਜਾਣ ਕਾਰਨ ਗੁਰੂ ਜੀ ਦਾ ਦਿਮਾਗ ਠੀਕ ਕੰਮ ਕਰਨ ਯੋਗ ਨਹੀਂ ਰਿਹਾ। ਗੁਰਦੇਵ ਜੰਗਲ ਵਿੱਚ ਚੋਖੀ ਦੂਰ ਅੱਗੇ ਚਲੇ ਗਏ। ਲਹਿਣਾ ਜੀ ਅਜੇ ਵੀ ਹੱਥ ਬੱਧੀ ਪਿੱਛੇ ਪਿੱਛੇ ਜਾ ਰਹੇ ਸਨ। ਗੁਰਦੇਵ ਛੁਰਾ ਲੈ ਕੇ ਪਏ ਤੇ ਗੁੱਸੇ ਨਾਲ ਕਿਹਾ ਪੁਰਖਾ ਬਾਕੀ ਸਭ ਚਲੇ ਗਏ, ਤੂੰ ਕਿਉਂ ਨਹੀਂ ਜਾਂਦਾ? ਲਹਿਣਾ ਜੀ ਨੇ ਸਿਰ ਝੁਕਾ ਕੇ ਕਿਹਾ ਮੇਰੇ ਗੁਰਦੇਵ, ਉਹਨਾਂ ਦਾ ਕੋਈ ਹੋਰ ਵੀ ਹੋਵੇਗਾ, ਇਸ ਲਈ ਉਹ ਚਲੇ ਗਏ ਹਨ। ਮੇਰਾ ਆਪ ਜੀ ਦੇ ਬਿਨਾਂ ਹੋਰ ਕੋਈ ਵੀ ਨਹੀਂ, ਮੈਂ ਕਿੱਥੇ ਜਾਵਾਂ? ਗੁਰਦੇਵ ਕੁਝ ਨਰਮ ਪੈ ਕੇ ਹੋਰ ਅੱਗੇ ਤੁਰ ਪਏ। ਲਹਿਣਾ ਜੀ ਪਿੱਛੇ ਚਲੇ ਜਾ ਰਹੇ ਸਨ। ਅੱਗੇ ਜੰਗਲ ਵਿੱਚ ਇੱਕ ਮੁਰਦਾ ਪਿਆ ਸੀ। ਗੁਰੂ ਜੀ ਨੇ ਲਹਿਣਾ ਜੀ ਵੱਲ ਤੱਕ ਕੇ ਕਿਹਾ ਅੱਛਾ ਸਾਡਾ ਸਿੱਖ ਹੈ ਤਾਂ ਐਸੇ ਐਸ ਮੁਰਦੇ ਨੂੰ ਖਾ ਲੈ। ਜੋ ਆਗਿਆ ਮਹਾਰਾਜ, ਹੁਕਮ ਕਰੋ ਸਿਰ ਵੱਲੋਂ ਖਾਣਾ ਸ਼ੁਰੂ ਕਰਾਂ ਜਾਂ ਪੈਰਾਂ ਵੱਲੋਂ? ਲਹਿਣਾ ਜੀ ਨੇ ਅੱਗੇ ਵੱਧਦਿਆਂ ਕਿਹਾ। ਲਹਿਣਾ ਜੀ ਦਾ ਦ੍ਰਿੜ ਇਰਾਦਾ ਵੇਖ ਕੇ ਗੁਰੂ ਜੀ ਨੇ ਉਸ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ। ਬਸ ਲਹਿਣਾ ਜੀ, ਗੁਰਦੇਵ ਗਦਗਦ ਹੋ ਕੇ ਬੋਲੇ ਪ੍ਰੀਖਿਆ ਪੂਰੀ ਹੋ ਗਈ, ਸਾਨੂੰ ਇੱਕ ਯੋਗ ਉੱਤਰ ਅਧਿਕਾਰੀ ਦੀ ਲੋੜ ਸੀ, ਸੋ ਤੁਸੀਂ ਮਿਲ ਗਏ ਹੋ। ਸਾਡੇ ਅੰਗ ਲੱਗ ਕੇ ਅੱਜ ਤੋਂ ਤੁਸੀਂ ਲਹਿਣੇ ਤੋਂ ਅੰਗਦ ਬਣ ਗਏ ਹੋ। ਹੁਣ ਇਸ ਗੁਰਿਆਈ ਦਾ ਭਾਰ ਤੁਹਾਨੂੰ ਸੰਭਾਲਣਾ ਪਵੇਗਾ। ਲਹਿਣਾ ਜੀ ਨੂੰ ਗੁਰੂ ਥਾਪ ਦਿੱਤਾ। ਗੁਰਦੇਵ ਵਾਪਸ ਆ ਗਏ। ਚੋਣ ਪੂਰਨ ਹੋਈ। ਗੁਰੂ ਨਾਨਕ ਦੇਵ ਜੀ ਨੇ ਸਭ ਸੰਗਤਾਂ ਨੂੰ ਇਕੱਤਰ ਕਰਕੇ ਹਾੜਵਦੀ 13 ਸੰਮਤ 1596 ਬਿਕਰਮੀ ਨੂੰ ਅੰਗਦ ਜੀ ਦੇ ਗੁਰੂ ਹੋਣ ਦਾ ਐਲਾਨ ਕੀਤਾ ਅਤੇ ਉਹਨਾਂ ਨੂੰ ਗੁਰਗੱਦੀ ਉੱਤੇ ਬਿਠਾ ਕੇ ਆਪ ਉਹਨਾਂ ਦੇ ਸਾਹਮਣੇ
ਪੰਜ ਪੈਸੇ ਮਿਸਰੀ ਤੇ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ। ਇਸ ਤਰ੍ਹਾਂ ਲਹਿਣਾ ਜੀ ਅੰਗਦ ਦੇਵ ਨਾਮ ਧਾਰਨ ਕਰਕੇ ਸਿੱਖਾਂ ਦੇ ਦੂਸਰੇ ਗੁਰੂ ਬਣੇ। ਭਾਈ ਗੁਰਦਾਸ ਜੀ ਲਿਖਦੇ ਹਨ, ਥਾਪਿਆ ਲਹਿਣਾ ਜੀਵਨ ਦੇ ਗੁਰਿਆਈ ਸਿਰ ਛਤਰ ਫਿਰਾਇਆ, ਜੋਤੀ ਜੋਤ ਮਿਲਾਏ ਕੈ ਸਤਿਗੁਰ ਨਾਨਕ ਰੂਪ ਵਟਾਇਆ। ਸ੍ਰੀ ਚੰਦ ਜੀ ਤੇ ਮਾਤਾ ਸੁਲੱਖਣੀ ਜੀ ਇਸ ਚੋਣ ਉੱਤੇ ਬਹੁਤ ਨਾਰਾਜ਼ ਹੋਏ। ਉਹਨਾਂ ਦੀ ਨਾਰਾਜ਼ਗੀ ਨੂੰ ਮੁੱਖ ਰੱਖ ਕੇ ਹੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਹੁਕਮ ਦਿੱਤਾ ਕਿ ਉਹ ਖਡੂਰ ਜਾ ਰਹਿਣ ਤੇ ਉੱਥੇ ਸਿੱਖੀ ਪ੍ਰਚਾਰ ਦਾ ਕੇਂਦਰ ਕਾਇਮ ਕਰਨ। ਮਹਾਰਾਜ ਦਾ ਹੁਕਮ ਮੰਨ ਕੇ ਗੁਰੂ ਅੰਗਦ ਦੇਵ ਜੀ ਖਡੂਰ ਜਾ ਬਿਰਾਜੇ, ਜਿਨ੍ਹਾਂ ਦਾ ਭਜਨ ਦਾ ਪ੍ਰਤਾਪ ਹੀ ਅੱਜ ਖਡੂਰ ਸਾਹਿਬ ਅਖਵਾਉਂਦਾ ਹੈ। ਇਸ ਫੈਸਲੇ ਤੋਂ ਸ੍ਰੀ ਚੰਦ ਜੀ ਦੇ ਦਿਲ ਤੇ ਬੜੀ ਚੋਟ ਲੱਗੀ। ਉਹਨਾਂ ਦੇ ਦਿਲ ਵਿੱਚ ਆਈ ਕਿ ਜੇ ਉਹ ਵੀ ਲਹਿਣਾ ਜੀ ਵਾਂਗ ਗੁਰਦੇਵ ਦੇ ਆਗਿਆਕਾਰ ਰਹਿੰਦੇ ਤਾਂ ਗੁਰਿਆਈ ਦੀ ਗੱਦੀ ਦੇ ਮਾਲਕ ਉਹ ਬਣਦੇ। ਇਸ ਪਛਤਾਵੇ ਦੇ ਕਾਰਨ ਆਪ ਨੇ ਬੜੀ ਕਠਿਨ ਤਪੱਸਿਆ ਕੀਤੀ ਤੇ ਉਦਾਸੀ ਮਤ ਚਲਾਇਆ। ਆਪ 118 ਸਾਲ ਉਮਰ ਭੋਗ ਕੇ 15 ਅਸੂ 1669 ਬਿਕਰਮੀ ਵਿੱਚ ਸਵਰਗ ਸਿਧਾਰੇ, ਜੋਤੀ ਜੋਤ ਸਮਾਏ। ਉਧਰ ਸੰਸਾਰ ਦੇ ਮਹਾਨ ਮਹਾਂਪੁਰਸ਼ ਗੁਰੂ ਨਾਨਕ ਦੇਵ ਜੀ ਵੀ ਸੰਸਾਰ ਯਾਤਰਾ ਪੂਰੀ ਕਰਕੇ ਸੋਮਵਾਰ 23 ਅਸੂ ਵਧੀ 10 ਦਸਵੇਂ ਸ਼ਰਾਧ ਵਾਲੇ ਦਿਨ 1596 ਬਿਕਰਮੀ ਨੂੰ ਜੋਤ ਵਿੱਚ ਜੋਤ ਸਮਾ ਗਏ। ਹਜ਼ੂਰ ਨੇ ਕੁੱਲ ਆਯੂ 70 ਸਾਲ 5 ਮਹੀਨੇ 3 ਦਿਨ ਮਾਤ ਲੋਕ ਵਿੱਚ ਬਿਤਾਈ। ਨਿਰੰਕਾਰ ਦੀ ਜੋਤ ਨਿਰੰਕਾਰ ਵਿੱਚ ਮਿਲ ਗਈ। ਸਰੀਰ ਦਾ ਅੰਤਮ ਦਾਹ ਸੰਸਕਾਰ ਰਾਵੀ ਦੇ ਕੰਢੇ ਤੇ ਕੀਤਾ ਗਿਆ। ਸ਼ਰਧਾਲੂਆਂ ਨੇ ਉੱਥੇ ਸਮਾਧ ਬਣਾ ਦਿੱਤੀ। ਕਹਿੰਦੇ ਹਨ ਮੁਸਲਮਾਨ ਸ਼ਰਧਾਲੂਆਂ ਨੇ ਲਾਗੇ ਇੱਕ ਕਬਰ ਵੀ ਬਣਾ ਦਿੱਤੀ, ਪਰ ਕੁਝ ਸਮੇਂ ਪਿੱਛੋਂ ਦਰਿਆ ਨੇ ਢਾਹ ਲਾਈ ਤੇ ਦੋਹਾਂ ਯਾਦਗਾਰਾਂ ਨੂੰ ਆਪਣੇ ਵਹਿਣ ਵਿੱਚ ਰੋੜ ਕੇ ਲੈ ਗਿਆ। ਹਜ਼ੂਰ ਦਾ ਬਣਾਇਆ ਗੁਰਦੁਆਰਾ ਰਾਵੀ ਤੋਂ ਪਾਰ ਪਾਕਿਸਤਾਨ ਵਿੱਚ ਮੌਜੂਦ ਹੈ। ਹਜ਼ੂਰ ਦੇ ਬਾਅਦ ਮਾਤਾ ਸੁਲੱਖਣੀ ਜੀ ਨੇ ਬਹੁਤ ਵੈਰਾਗ ਕੀਤਾ। ਗੁਰਦੇਵ ਤੋਂ 15 ਦਿਨ ਪਿੱਛੋਂ ਉਹ ਵੀ ਪਰਲੋਕ ਸਿਧਾਰ ਗਏ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।